ਆਨਰੇਬਲ ਪ੍ਰਾਈਮ ਮਿਨਿਸਟਰ ਨੇ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਇਹ ਆਖਿਆ, ਟੀਵੀ ਦੇ ਉੱਪਰ ਚੱਲਿਆ, ਸਾਰੀ ਜਗ੍ਹਾ ਚੱਲਦਾ ਰਹਿੰਦਾ। ਅਬ ਆਪ ਤੋਂ ਸਾਰੇ ਪੜ੍ਹੇ ਲਿਖੇ ਲੋਕ ਹੋ, ਆਰਐਸਪੁਰਾ ਕਾ ਫਾਰਮਰ ਕੋਈ ਵੋ ਵਾਲਾ ਪੁਰਾਣਾ ਵਾਲਾ ਫਾਰਮਰ ਥੋੜ੍ਹੀ ਹੈ, ਤੋ ਆਪ ਲੋਕੋ ਨੇ ਵੀ ਨਹੀਂ ਬੀਮਾ ਕਰਾਇਆ ਹੋ, ਤੋ ਪਹਿਲੇ ਤੋਂ ਸਬਕ ਸਿੱਖੋ ਕਿ ਇਸਕੇ ਬਾਅਦ ਆਪ ਨੇ 100% ਆਪਣਾ ਬੀਮਾ ਕਰਵਾਉਣਾ, ਜੋ ਆਪ ਲੋਕ ਜੋ ਚੁਣੇ ਹੋਏ ਨੁਮਾਇੰਦੇ ਹੋ ਨਾ, ਪੈਂਚ ਸਾਹਿਬ ਸੇ ਲੇਕਰ ਉੱਪਰ ਡੀਡੀਸੀ ਮੈਂਬਰ ਤੱਕ, ਵੋ ਇਨਸ਼ੋਰ ਕਰੇ ਕਿ ਜਹਾਂ ਪੇ ਜੋ ਕਿਸਾਨ ਨਹੀਂ ਕਰ ਰਹਾ ਤੋ ਉਸਕੋ ਪਕੜ ਕੇ ਕਰਵਾਓ। ਬਿਲਕੁਲ ਸਰ, ਕੱਲ ਕੋ ਕਿਸੇ ਨੂੰ ਇੱਕ ਵਾਰ ਜਾਣ ਦੇ ਦਿਓ, ਨੈਕਸਟ ਟਾਈਮ ਹੋਵੇ। ਇੱਕ ਛੋਟੀ ਸੀ ਰਿਕੁਐਸਟ ਹੈ, ਇਹ ਹਮਾਰਾ ਰਾਜਾ ਫਸਲ ਹੈ, ਵੋ ਖਤਮ ਹੋ ਗਿਆ, ਪਰ ਇੱਕ ਇੱਕ ਹਮ ਆਪਣੀ ਗਲਤੀ ਮੰਨਤੇ ਹੈ ਕਿ ਸਰ ਹਮਸੇ ਗਲਤੀ ਹੋਈ, ਵੋ ਹਮੇ ਮਾਫ ਕੀਜੀਏ, ਵੋ ਛੋੜ ਦੇ, ਵੋ ਛੋੜ ਦੇ, ਵੋ ਹਮੇ ਮਾਫ ਕੀਜੀਏ, ਪਰ ਇਸ ਵਾਰ ਹਮੇ ਬਚਾਈਏ। ਵੋ ਮੈਂ ਉਸਕੇ ਵਜ੍ਹਾ ਸੇ ਕੋਈ ਆਪ ਜੋ ਪਰਾਲੀ ਹੈ ਨਾ, ਪਰਾਲੀ ਕੱਢਨੇ ਕੇ ਲਈ ਵੀ ਕੋਈ ਸਰਕਾਰ ਜੀ ਮੇਰੀ ਗੱਲ ਸੁਣ ਲਓ ਨਾ, ਉਹ ਵੀ ਲਾਸ ਹੈ, ਮੇਰੀ ਗੱਲ ਬਾਬਾ ਜੀ ਸੁਣ, ਅਸੀਂ ਉਸਨੂੰ ਬਹਾਨਾ ਨਹੀਂ ਬਣਾਇਆ ਕਰਦੇ ਤੁਹਾਡਾ ਰੋਕਣ ਵਾਸਤੇ। ਮੈਂ ਕਹਿ ਰਿਹਾ ਹਾਂ ਕਿ ਅਗਰ ਉਹ ਕੀਤਾ ਹੁੰਦਾ ਤੇ ਅੱਜ ਰੋਣ ਵਾਲੀ ਗੱਲ ਨਹੀਂ ਹੁੰਦੀ, ਕਿ ਇਹ ਜਿਸਲੇ ਇਹ ਲੱਗਦੇ ਨਾ ਲੈਪ ਲਾਉਂਦੇ ਹੋ ਤੇ ਉਸ ਵੇਲੇ ਲੱਗਦਾ ਬੱਚਾ ਆਏਗਾ। ਇੱਕ ਮਿੰਟ ਨਹੀਂ ਬੱਚੇ, ਮਾਫ ਕਰੋ, ਗੱਲ ਕਰ ਰਹੇ ਹਾਂ, ਹੁਣ ਇਹ ਤੁਹਾਡੀ ਜਿਹੜੀ ਜਿਹੜੀ ਫਸਲ ਦਾ ਜੜਾ ਵੀ ਬਣੇਗਾ ਜੀ ਸਰ, ਉਸ ਦੇ ਬਾਅਦ ਤੁਹਾਡਾ ਪਰਾਲੀ ਦਾ ਆਇਆ ਕਰਦਾ, ਕਿਉਂਕਿ ਅਗਲੀ ਫਸਲ ਨਹੀਂ ਲੱਗਣੀ, ਅਗਲੀ ਫਸਲ ਨਹੀਂ ਲੱਗਣੀ, ਫਾਰਡਰ ਦੀ ਪ੍ਰੋਬਲਮ ਆਇਆ ਕਰਦੀ ਹੈ, ਬੀਜ ਦੀ ਪ੍ਰੋਬਲਮ, ਬੀਜ ਸਾਡੇ ਫਾਰਮ ਸਾਰੇ ਖਤਮ ਹੋ ਗਏ। ਖੈਰ ਬੀਜ ਦਾ ਖਾਦਾਂ ਅਸੀਂ ਬੰਦੋਬਸਤ ਕਰਾ ਕੇ ਦੇਵਾਂਗੇ, ਬਾਕੀ ਵੀ ਦੇਖਾਂਗੇ, ਔਰ ਉਸ ਦੇ ਨਾਲ ਨਾਲ ਪਰਾਲੀ ਵਾਸਤੇ ਮੈਂ ਦਿੱਲੀ ਵਾਲੇ ਨਾਲ ਗੱਲ ਕਰੇ ਕਰਨਾ, ਡਾਇਰੈਕਟਰ ਸਾਹਿਬ ਮੇਰੇ ਜਿਹੜੇ ਨੇ ਉਹਨਾਂ ਨਾਲ ਇਨ ਟੱਚ ਹਨ, ਜਿਹੜਾ ਉਹਨਾਂ ਨੇ ਆਪਣਾ ਉਹ ਸਟਾਰਟ ਅਸੀਂ ਦੇਖੇ ਕਰਨਾ ਕਿ ਸਾਨੂੰ ਮਿਲ ਸਕਦਾ, ਕਿੰਨਾ ਮਿਲ ਸਕਦਾ, ਤਾਂ ਕਿ ਇਹ ਪਰਾਲੀ ਵਾਲਾ ਮਸਲਾ ਜਿਹੜਾ ਬਜਾਏ ਹੈ, ਪਰਾਲੀ ਤੋਂ ਤੁਸੀਂ 6-7 ਹਜ਼ਾਰ ਰੁਪਇਆ ਏਕੜ ਦਾ ਖਰਚੋ ਇਸ ਨੂੰ ਵੱਢਣ ਦਾ, ਵੱਢਣ ਦਾ ਤੇ ਉਹ ਉੱਥੇ ਖਾਦ ਬਣ ਜਾਏ, ਬਲਕਿ ਫਾਇਦਾ ਹੋ ਜਾਏ ਤੁਹਾਨੂੰ, ਠੀਕ ਹੈ, ਮਗਰ ਉਹ ਅਸੀਂ ਤੁਹਾਨੂੰ ਇੱਕ ਅੱਧੇ ਦਿਨ ਦਾ ਹੀ ਤੁਹਾਨੂੰ ਪਤਾ ਚੱਲ ਜਾਣਾ, ਅਸੀਂ ਅਨਾਊਂਸਮੈਂਟ ਵੀ ਕਰਵਾ ਦੇਵਾਂਗੇ, ਠੀਕ ਹੈ, ਕਿ ਸਾਨੂੰ ਕਿੰਨਾ ਮਿਲਦਾ ਕਿੰਨਾ ਨਹੀਂ ਮਿਲਦਾ। ਸਾਡੇ ਕੋਲ ਡਾਟਾ ਪੂਰਾ ਪੁੱਜ ਗਿਆ, ਮੈਂ ਮੇਰਾ ਮਕਸਦ ਤੁਹਾਡੇ ਆਉਣ ਦਾ ਇਹੀ ਸੀ ਕਿ ਮੈਂ ਤੁਹਾਡੇ ਨਾਲ ਆ ਕੇ ਗੱਲ ਕਰਕੇ ਤੁਹਾਨੂੰ ਵੀ ਤਸੱਲੀ ਦੇ ਕੇ ਸੰਬੰਧੀ ਇਸ ਲਾਈਵ ਜੀ ਸਰ ਜੀ ਸਾਨੂੰ ਕੋਈ ਕਰ ਸਾਨੂੰ ਵੀ ਪਤਾ ਸਰ ਲੱਗ ਜਾਏਗਾ ਸਾਡੇ ਕੋਲ ਪਹੁੰਚ ਗਿਆ ਡਾਟਾ ਜੋ ਹੋਈ ਆ 44% ਜਿਹੜੀ ਆ ਇਹ ਕੰਪਨੀ ਦੇ ਰਹੀ ਆ 44% ਜਿਹੜਾ ਗਵਰਨਮੈਂਟ ਪੇ ਕਰ ਰਹੀ ਆ ਕਿ ਮਤਲਬ ਹੁਣ ਸਾਨੂੰ ਇੰਸ਼ੋਰੈਂਸ ਕਰਾ ਕੇ ਨੁਕਸਾਨ ਨਹੀਂ ਹੋਊਗਾ ਬਲਕਿ ਫਾਇਦਾ ਹੀ ਹੋਊਗਾ ਸਰ ਇਹ ਚੀਜ਼ ਦੀ ਅਵੇਅਰਨੈਸ ਨਹੀਂ ਹੈਗੀ ਸੀ ਇਹ ਅਸੀਂ ਆਪਣੀ ਗਲਤੀ ਮੰਨਦੇ ਹਾਂ ਤੁਸੀਂ ਇੱਕ ਵਾਰ ਇਹ ਜਿਹੜਾ ਸਾਡਾ ਰਾਜਾ ਖਤਮ ਹੋਇਆ ਇੱਕ ਵਾਰ ਸਾਨੂੰ ਇਹਦੇ ਤੋਂ ਬਚਾ ਲਓ ਅਸੀਂ ਆਪਣੀ ਗਲਤੀ ਮੰਨਦੇ ਹਾਂ ਨੈਕਸਟ ਟਾਈਮ ਅਸੀਂ ਇੰਸ਼ੋਰੈਂਸ ਹਰ ਗ੍ਰਾਹ ਜਾ ਕੇ ਹਰ ਪਿੰਡ ਜਾ ਕੇ ਇੰਸ਼ੋਰੈਂਸ ਕਰਾਵਾਂਗੇ ਪਰ ਇਸ ਵਾਰ ਸਾਨੂੰ ਬਚਾ ਲਓ ਥੈਂਕ ਯੂ ਸੋ ਮਚ ਸਰ ਤੁਸੀਂ ਖੁਦ ਕਹਿੰਦੇ ਹੋ ਕਿ ਆਰਐਸਪੁਰਾ ਬਿਸ਼ਨਾ ਦੇ ਲੋਕਾਂ ਦਾ ਦਿਲ ਬੜਾ ਵੱਡਾ ਇਹ ਜ਼ਿਮੀਦਾਰ ਲੋਕ ਨੇ ਇਹ ਮਰਦੇ ਨਹੀਂ ਏਡੀ ਸ਼ੇਖ ਸਰ ਨਹੀਂ ਮਰਨਗੇ ਪਰ ਉਹਦੇ ਵਾਸਤੇ ਤੁਹਾਡਾ ਹੱਥ ਜਿਹੜਾ ਸਾਡੇ ਸਿਰ ਤੇ ਹੋਣਾ ਬਹੁਤ ਜ਼ਰੂਰੀ ਆ ਔਰ ਸਭ ਤੋਂ ਵੱਡੀ ਸਰ ਇੰਸ਼ੋਰੈਂਸ ਦੀ ਗੱਲ ਤੁਸੀਂ ਕੀਤੀ ਸੀ ਕਿ ਇੰਸ਼ੋਰੈਂਸ ਕਰਾਉਣਾ ਜਿਹੜਾ ਉਹ ਇੰਪੋਰਟੈਂਟ ਆ ਇਸ ਟਾਈਮ ਤੁਹਾਡੇ ਇੱਥੇ ਹੋਣ ਦੇ ਸਾਹਮਣੇ ਮੈਂ ਇੱਕ ਗੱਲ ਬੋਲੂੰਗੀ ਸਾਡੇ ਤੋਂ ਗਲਤੀ ਹੋਈ ਆ ਅਸੀਂ ਲੋਕਾਂ ਨੇ ਇੰਸ਼ੋਰੈਂਸ ਨਹੀਂ ਕਰਾਇਆ ਪਰ ਸਰ ਉਹ ਵੀ ਅਸੀਂ ਕਿਉਂ ਨਹੀਂ ਕਰਾਇਆ ਉਹਦਾ ਇੱਕ ਕਾਰਨ ਆ ਹਮੇਸ਼ਾ ਕਿਸਾਨ ਇੱਕ ਸਾਡਾ ਜਿਹੜਾ ਸਰ ਅਸੀਂ ਜ਼ਿਆਦਾ ਨਹੀਂ ਕਹਿੰਦੇ ਅਸੀਂ ਹੈਕਟਰ 50,000 ਰੁਪਇਆ ਕਹਿ ਰਹੇ ਹਾਂ ਕਿ ਸਾਨੂੰ ਹੈਕਟਰ ਕਿ ਜਿਹੜਾ ਅਸੀਂ ਕਰਜ਼ੇ ਦੇ ਥੱਲੇ ਡੁੱਬੇ ਹਾਂ ਜਿਹੜੇ ਬੰਦੇ ਨੇ ਕਰਜ਼ਾ ਚੱਕ ਕੇ ਜ਼ਮੀਨ ਇਤਨਾ ਆਸ਼ਵਾਸਨ ਦੇ ਰਹਾ ਹਾਂ ਕਿ ਉਸਕੇ ਲਈ ਵੀ ਮੈਂ ਬਹੁਤ ਸਟਰਾਂਗਲੀ ਐਲ ਜੀ ਸਾਹਿਬ ਸੇ ਟੇਕ ਅਪ ਕਰੂੰਗਾ ਕਿ ਇਨਕਾ ਲੋਨ ਕਾ ਕਿਆ ਕੀਆ ਜਾ ਸਕਦਾ ਕਿਸ ਕਿਸਾਨ ਕਾ ਕਿਉਂਕਿ ਘੋੜੇ ਔਰ ਗਧੇ ਕੋ ਬਰਾਬਰ ਨਹੀਂ ਕਿਹਾ ਜਾ ਸਕਦਾ ਗਰੀਬ ਔਰ ਅਮੀਰ ਕੋ ਬਰਾਬਰ ਨਹੀਂ ਕਿਹਾ ਜਾ ਸਕਦਾ ਏਕ ਕੇ ਪਾਸ 10 ਕਨਾਲ ਜਾਂ 8 ਕਨਾਲ ਜ਼ਮੀਨ ਹੈ ਦੂਸਰੇ ਕੇ ਪਾਸ 10 ਕਮਾ ਜਗ੍ਹਾ ਹੈ ਉਸਕੋ ਮੈਂ ਬਰਾਬਰ ਨਹੀਂ ਰੱਖ ਤੋ ਮੈਨੇ ਕਿਸਕਾ ਕਿਤਨਾ ਮਾਫ ਕਰਨਾ ਹੈ ਵੋ ਹਮ ਸਿਫਾਰਿਸ਼ ਬਣਾ ਕਰ ਦੇ ਦੇਂਗੇ ਔਰ ਵੋ ਜੋ ਵੀ ਸਿਫਾਰਿਸ਼ ਹੋਗੀ ਹਮਾਰੀ ਤਰਫ ਸੇ ਆਪਕੇ ਮਸ਼ਵਰੇ ਸੇ ਸਬਕਾ ਮਸ਼ਵਰਾ ਤੋ ਨਹੀਂ ਮੈਂ ਲੈ ਸਕੂੰਗਾ ਲੇਕਿਨ ਮੇਰੇ ਪਾਸ ਕਿਸਾਨ ਬੋਰਡ ਮੈਨੇ ਬਣਵਾਇਆ ਥਾ ਪਿਛਲੇ ਸਾਲ ਕਿਸਾਨ ਬੋਰਡ ਕੇ ਮੈਂਬਰਸ ਕੋ ਬੁਲਾਏਂਗੇ ਉਨਸੇ ਬਾਤ ਕਰੇਂਗੇ ਜੋ ਜੋ ਵਹਾਂ ਸੇ ਮਸ਼ਵਰਾ ਆਤਾ ਚਲੇਗਾ ਉਸੀ ਮਸ਼ਵਰੇ ਕੇ ਸਾਥ ਹਮ ਆਗੇ ਚਲੇਂਗੇ ਕੋਸ਼ਿਸ਼ ਹਮਾਰੀ ਇਹ ਹੈ ਕਿ ਹਮ 100% ਸਭ ਕੋ ਸਾਰਾ ਬਤਾ ਦੇ ਲੇਕਿਨ ਵੋ ਸਾਰੀ ਉਮੀਦੇ ਪੂਰੀ ਨਹੀਂ ਹੋਤੀ ਲੇਕਿਨ ਇਤਨਾ ਮੈਂ ਆਪਕੋ ਆਸ਼ਵਾਸਨ ਦੇਤਾ ਹੂੰ ਕਿ ਹਮਾਰੀ ਤਰਫ ਸੇ ਕੋਸ਼ਿਸ਼ ਹੈ
कि आपको ज्यादा से ज्यादा इसका मुआवजा मिले ताकि आपका ये जो दुख दर्द है वो कम हो सके। धन्यवाद। जय पर हैं या हमारे बीडीसी के चेयरमैन हैं या कोई भी आप में से, मेरा दफ्तर का फोन नंबर अगर आप ले लोगे उसके ऊपर फोन कर बता दो कि ये प्रॉब्लम आ रही है, यहाँ पे ये चीज नहीं मिल रही है, यहाँ पे ये चीज हो रही है, तो आप खुद देखोगे कि कितनी जल्दी उसके ऊपर एक्शन होता है। मेरी लास्ट में फिर आपसे विनती है कि भगवान के लिए आप अपने प्रधानमंत्री जी के जो नसीहत है उसके ऊपर अमल करें और आप अपना जो ये है फसल का बीमा जरूर 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 करवाएं। इसके बाद फिर शायद हमें वो भी नहीं मानेंगे कि कोई इमदाद देनी है, इस वक्त तो शायद हम हाथ पांव जोड़कर कुछ करवाने का कंपनी ने देना था। तो इससे हमें सबक अब सीख लेना चाहिए, ये सबक सीख लेना चाहिए कि आइंदा से हम 100% फसल अपनी का बीमा कराएंगे। आप 2800 रुपया 3000 रुपया कनाल के ऊपर आपका खर्चा आता है, उसके ऊपर 100 रुपया खर्चा नहीं डाल सकते आप, उसके बाद उसमें से 7000 या 8000 या 6000 जो भी कमाते हैं उसमें से 100 रुपया निकल जाएगा, कोई फर्क नहीं पड़ता, इतने तो दसवन दे सड़दन। तो इसमें यह है कि आइंदा से कम हम ये सबक सीख लें कि आइंदा से ये गलती नहीं होगी। जैसे हमारी डीडीसी मेंबर है ना आप, सरपंच है, जैसे सरपंच मैडम ने बताया ना कि इस गलती से हमको सबक सीख लेना चाहिए। हमारी जो कैलकुलेशन सारी हमने करनी है वो ये करनी है कि सब्जी का क्या गया है, देखे जो आपकी ये मुंजी वगैरह लगती है इसके बीच में आपका टोटल जो आता है वही 2800, किसी जगह 3000 आ जाएगा, कहीं 2500 आ जाएगा कनाल का खर्चा, लेकिन जिस वक्त सब्जी लगती है तो 6-7 हजार का खर्चा, सब्जी खत्म हुई हुई है सारी। अगर गोभी का मुझको वो दिख रहा है, पौधा दिख रहा है, तो उसमें सारा कुछ निखर गया हुआ सारा, वो ना गोभी होनी बल्कि उठाकर उसको शायद पशुओं को डालना पड़ेगा। तो मैं ये समझ रहा हूँ सारी बात कि कहाँ पे क्या फसल लगती थी, कहाँ पे आपके इसी इलाके से पूरे जम्मू कश्मीर को सब्जी जाती थी, सर्दियों में कश्मीर को भी सब्जी जाती थी, आज क्या भेजेंगे ये सब्जी, ने तो सर्दी में अब तैयार नहीं होना, नई सारी आपका बत्तर नहीं अभी हुई भी जगह कि आप उसको दोबारा हल भी लगा सको। मैं बहनों को देख रहा हूँ, वो बेचारी उसी इसी जिसके बीच में कुछ भी नहीं है उसको भी झाड़ रही है कि शायद कोई 2-4-10% निकल आए। मैं समझ रहा हूँ कि कितना दर्द हो रहा है, मगर किसान हार नहीं मानता, किसान ने ऐसी आपदाएं बड़ी सारी देखी भी होती है, किसान हार मानने वाला नहीं, उसने कल फिर अपना हल लेना है, अपना ट्रैक्टर लेना है और फिर शुरू हो जाना है। मगर हमारी कोशिश यह होगी कि हम आपके साथ हाथ से हाथ मिलाकर उस खड़ा होने में हम आपके साथ हैं। मैं आपको इतना गारंटी देता हूं कि मेरा डिपार्टमेंट जो एग्रीकल्चर डिपार्टमेंट है वो सारे का सारा आपके साथ टोटल लग जाएगा। आपकी पराली का मसला बन गया हुआ है कि पराली जो इस वक्त लेट गई हुई है सारी भीग गई हुई है, उसको आपका मजदूर भी उसको 6-6 हजार रुपया चाहिए, तो वो उसको उसके लिए हमने अपनी जगह पर डिस्कस कर लिया था। कल हमने एक मीटिंग बुलाई थी सारे इसी क्षेत्र के जितने भी जो इफेक्टेड एरिया थे जहाँ पे ये नुकसान हुआ है, वहां से कुछ कुछ लोगों को जिन जिनको भी हम जानते थे हमने फोन करके बुला लिया, हमने कोई पार्टी का नहीं देखा, कोई इसका नहीं देखा, जिसके हमारे पास नाम थे उनको बुलवाया, उनसे बात की, बड़ा अच्छे मशवरे आए, बड़ी अच्छी रिपोर्ट्स भी उन्होंने दी जो सही ग्राउंड के ऊपर जैसी हकीकत थी असलियत थी उसका उन्होंने बताया। उन्हीं से लेते हुए जिस वक्त हमने पराली का जिस वक्त जिक्र आया तो हमने उसी वक्त डायरेक्टर साहब उसी काम पर लग गए हुए हैं, हम दिल्ली सरकार ने वो शुरू किया था ना वो स्प्रे कर तो पराली को वो खत्म करो उसको खाद में कन्वर्ट कर दो, तो हम देख रहे हैं कि अगर वैसा कुछ हमको वो मिल गया वहां से मटेरियल, मुझे उसका शक है मैं सच्ची बात बताऊं, लेकिन अगर हमें मटेरियल मिल गया तो हम फौरी तौर पर वो लाकर यहां पे वो स्प्रे करवाने की कोशिश करवाकर उस प्राली को बजाय ये कि आपका 6000 रुपया उसके ऊपर मजदूरी लगे वो नुकसान हो, उल्टा आपका खाद का खर्चा बच जाए, वही खाद में कन्वर्ट हो जाए। इस तरह की सारी चीजें हम करने की कोशिश कर रहे हैं। उसके अलावा भी